ਬਾਕੀ ਵੇਖੋ ਕਿੱਡਾ ਵਧੀਆ ਵਿਊ ਹਨਾ ਪਿੰਡ ਦਾ। ਭਾਉਣਾ ਸਲਾਵਾਂ ਹੁੰਦੀਆਂ ਮਟਰਾਂ ਦੀਆਂ, ਹੁਣ ਇਹਨੂੰ ਜਿੰਨਾ ਪਤਾ ਸਾਰੀਆਂ ਖਾਂਦੀਆਂ ਅਰਮਾਨ ਨਾਲ, ਮਗਰ ਵਾੜਦੀਆਂ ਗਾਵਾਂ ਅੰਦਰ ਡੈਬੀਆਂ ਖਾਣ ਪਰ। ਬਾਕੀ ਇੱਕ ਕੰਮ ਨਾ ਜ਼ਰੂਰ ਕਰਿਆ ਕਰੋ, ਜਿੱਥੋਂ ਆ ਮੈਂ ਜਿੱਦਾਂ ਅੱਗੇ ਗੱਲ ਕੀਤੀ ਜਿਹੜਾ ਵੇਸਟ ਪਾਣੀ ਆ ਵੇਖੋ। ਹਾਂਜੀ ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਆਪਣੇ ਨਿਊ ਵਲੋਗ ਦੇ ਵਿੱਚ। ਨੰਬਰਦਾਰ ਫਾਰਮ 'ਚ ਪੱਠੇ ਪੈ ਗਏ ਆ, ਪਾਊਡਰ ਵੀ ਪੈ ਗਿਆ, ਵੰਡ ਵੀ ਪੈ ਗਿਆ, ਵੰਡ ਥੋੜ੍ਹਾ ਬਹੁਤਾ ਪੈਣ ਵਾਲਾ ਅਤੇ ਬਾਕੀ ਰਲਦੇ ਪਾਊਡਰ ਪਾਊਡਰ ਪਾਤਾ ਫਿਰ ਰਲਾਉਣਾ। ਹਾਂ ਪੈਣ ਦਿਆ ਪਾਊਡਰ, ਉੱਧਰ ਵੰਡ ਪੈਣ ਦਿਆ, ਲਗਭਗ ਪੈ ਗਿਆ, ਬਸ ਰਲਣ ਵਾਲੇ ਰਹਿ ਗਏ। ਪਰ ਮੈਂ ਅੱਗੇ ਕੱਲ੍ਹ ਵੀ ਇੱਕ ਕੱਲ੍ਹ ਵਾਲੇ ਵਲੋਗ 'ਚ ਕਿਹੜੇ ਆਖਿਆ ਆਪਣਾ ਵੱਛਾ ਆ ਉਹ ਸੇਲ ਕਰਨਾ, ਅਸੀਂ ਰੀਲ ਪਾਉਣੇ ਆਪਾਂ। ਬਾਕੀ ਜੇ ਕਿਸੇ ਵੀਰ ਭਰਾ ਨੇ ਲੈਣਾ ਆ ਤਾਂ ਫੋਨ ਲਾ ਲਿਓ, ਆਪਾਂ ਦੱਸ ਦਾਂਗੇ ਕਿਹੜਾ ਟੀਕਾ ਆ, ਕੀ ਹਿਸਾਬ ਕਿਤਾਬ ਆ। ਆ ਜਾਓ ਬੇਲ ਬੂਲ ਚੈੱਕ ਕਰੋ ਤੁਸੀਂ ਸਾਰਾ ਕੁਛ ਹੀ ਪੂਰਾ ਰੀਝ ਨਾ ਪਾ ਲਿਆ। ਉਹ ਵਾਲਾ ਟੋਆ ਖਾਲੀ ਹੋ ਗਿਆ, ਹੁਣ ਨਾਲੇ ਟੋਏ ਨੂੰ ਲਾਇਆ ਹੱਥ, ਪੱਧਰਾ ਪੱਧਰਾ ਰੋਜ਼ ਜੀ ਰੋਜ਼ ਲਾਇਆ ਕਰੋ, ਇੰਨਾ ਕੁ ਪੱਲਾ ਲਾਇਆ ਅਤੇ ਰੋਜ਼ ਜੀ ਰੋਜ਼ ਪੱਧਰਾ ਪੱਧਰਾ। ਇਹ ਨਹੀਂ ਵੀ ਤੁਸੀਂ ਇੱਕ ਬੰਨੇ ਲਾ ਲਿਆ ਦੂਜੇ ਬੰਨੇ ਲਾਇਆ ਨਾ ਉਹ ਖਰਾਬ ਹੋ ਜਾਣਾ ਹੈ। ਹੁਣ ਇਹਨੂੰ ਜਿੰਨਾ ਪੱਧਰਾ ਪੱਧਰ ਲਾਵਾਂਗੇ ਨਾ ਉਨਾ ਇਹਨੇ ਵਧੀਆ ਰਹਿਣਾ ਹੈ। ਜਦੋਂ ਕਈ ਕਰਦੇ ਇੱਕ ਬੰਨੇ ਨੂੰ ਵੱਢੀ ਜਾਂਦੇ ਦੂਜਾ ਬੰਨਾ ਉੱਦਾਂ ਰਹਿਣ ਦਿੰਦੇ ਖੁੱਲ੍ਹਾ, ਖੁੱਲ੍ਹੇ ਦੇ ਨਾਲ ਇਹਨੂੰ ਹਵਾ ਪੈ ਜਾਣੀ ਆ ਅਤੇ ਫਿਰ ਖਰਾਬ ਉੱਲੀ ਲੱਗਣਾ ਸ਼ੁਰੂ ਹੋ ਜਾਣਾ। ਬਾਕੀ ਮੇਰੇ ਭਰਾ ਇਹਨਾਂ ਟੋਇਆਂ ਦੇ ਉੱਤੇ ਨਾ ਜਿਹਨੇ ਸੈਲਜ ਪਾਉਣਾ ਮਿੱਟੀ ਜ਼ਰੂਰ ਪਾਇਆ ਕਰੋ, ਅਸੀਂ ਨਾ ਦੋਵਾਂ ਟੋਇਆਂ 'ਤੇ ਪਾਈ ਨਹੀਂ ਆ ਅਤੇ ਬੜੇ ਪੱਠੇ ਖਰਾਬ ਨਿਕਲੇ। ਇਹ 'ਤੇ ਪਾਈ ਆ ਅਤੇ ਇੱਥੇ ਤਾਂ ਕੋਈ ਪੱਠਾ ਖਰਾਬ ਨਹੀਂ ਨਿਕਲਿਆ, ਬਾਕੀ ਮਿੱਟੀ ਜ਼ਰੂਰੀ ਆ, ਮਿੱਟੀ ਨਾਲ ਹੀ ਬਜਣੇ ਕਿਉਂਕਿ ਇਹਨੂੰ ਇਹਦੀ ਕੇਅਰ ਦਹਾਂ ਕੀ ਆ, ਇਹਦੀ ਕੇਅਰ ਇਹ ਆ ਵੀ ਜਿੰਨੀ ਇਹਨੂੰ ਨਪਾਈ ਰਵੇ। ਆਪਾਂ ਪੱਠੇ ਪਾਉਣੇ, ਪੱਠਿਆਂ ਨੇ ਥਾਂ ਬਹਿਣਾ, ਆਪਾਂ ਪੱਲਾ ਪਾ ਦਿੰਦੇ ਹਾਂ, ਪੱਲੇ ਤੋਂ ਠਾਂ ਨਹੀਂ ਜਾਇਆ ਜਾਂਦਾ, ਜਿਹੜੀ ਮਿੱਟੀ ਆ ਮਿੱਟੀ ਆਪਣੇ ਵਜਨ ਨਾਲ ਠਾਂ ਤੁਰੀ ਜਾਂਦੀ ਆ ਅਤੇ ਉਹਨਾਂ ਹਵਾ ਨਹੀਂ ਇਹਦੀ ਨਿਕਲਦੀ, ਤਾਂ ਕਰਕੇ ਮਿੱਟੀ ਜ਼ਰੂਰੀ ਆ, ਇਹਦੀ ਕੇਅਰ ਇਹੋ ਹੀ ਆ ਵੀ ਬਸ ਇਹਦੀ ਹਵਾ ਨਾ ਨਿਕਲੇ। ਬਾਕੀ ਆ ਜਾਓ ਤੁਹਾਨੂੰ ਵਿਖਾਉਂਦੇ ਅੱਜ ਦਾ ਮਾਹੌਲ ਚਾਲ, ਅਤੇ ਬਾਕੀ ਮੇਰੇ ਭਰਾ ਸਕਿੱਪ ਨਾ ਕਰਿਆ ਕਰੋ, ਐਂਡ ਤੱਕ ਜ਼ਰੂਰ ਵੇਖਿਆ ਕਰੋ ਵਲੋਗ। ਬੜੀਆਂ ਕੰਮ ਦੀਆਂ ਚੀਜ਼ਾਂ ਹੁੰਦੀਆਂ ਵੀ ਜਿਹੜੀਆਂ ਆਪਾਂ ਨੂੰ ਨਹੀਂ ਪਤਾ ਹੁੰਦਾ, ਨਾ ਕੋਈ ਦੱਸਣ ਵਾਲਾ ਹੁੰਦਾ, ਸਾਰੇ ਲੱਤਾਂ ਖਿੱਚਣ ਵਾਲੇ ਹੁੰਦੇ ਆ, ਸਲਾਹ ਦੇਣ ਵਾਲਾ ਕੋਈ ਕੋਈ ਹੁੰਦਾ ਹੈ। ਠੀਕ ਆ, ਬਾਕੀ ਸਪੋਰਟ ਤੁਸੀਂ ਕਰਦੇ ਆ, ਤੁਹਾਨੂੰ ਵਧੀਆ ਲੱਗਦਾ ਕੰਮ ਤਾਂ ਕਰਕੇ, ਬਾਕੀ ਮਿਹਨਤ ਆਪਣੀ ਕਰੋ, ਥੋੜ੍ਹਾ ਖਾ ਲਓ, ਐਵੇਂ ਮਾੜੇ ਪੈਸਾ ਨਾ ਘਰ 'ਚ ਵਾੜੋ, ਸਮਝੀ ਗਏ ਨਾ ਮਾੜਾ ਪੈਸਾ ਕਿਹੜਾ ਹੋ ਜਾਂਦਾ। ਬਾਕੀ ਵੇਖੋ ਕਿੱਡਾ ਵਧੀਆ ਵਿਊ ਹਨਾ ਪਿੰਡ ਦਾ, ਇੱਕ ਫੈਕਟਰੀ ਆ ਜਿੱਦਾਂ ਤੁਸੀਂ ਕਈਆਂ ਨੇ ਆਖਣਾ ਵੀ ਆਪਣੀਆਂ ਸਿਫਤਾਂ ਕਰੀ ਜਾਂਦਾ, ਮੈਂ ਇਹ ਚੀਜ਼ ਕਹਿੰਦਾ ਤੁਸੀਂ ਵੀ ਇੱਦਾਂ ਕੰਮ ਕਰੋ ਵੀ ਜਿੱਦਾਂ ਅਸੀਂ ਕੰਮ ਕਰ ਲਾਂਗੇ ਖਾ ਲਾਂਗੇ। ਠੀਕ ਆ, ਕਈਆਂ ਘਰ ਨਹੀਂ ਕੰਮ ਹੁੰਦਾ, ਉਹ ਵਿਚਾਰੇ ਆਉਂਦੇ ਆ ਵੀ ਅਸੀਂ ਕੀ ਕਰੀਏ, ਤੁਸੀਂ ਯਾਰ ਆਪਣਾ ਕੰਮ ਖੋਲ੍ਹੋ, ਆਪਣਾ ਬਿਜ਼ਨਸ ਕੋਈ ਨਵਾਂ ਖੋਲ੍ਹ ਲਓ, ਜਿੰਨੇ ਪੈਸੇ ਹੋਰ ਜੋ ਕੰਮਾਂ 'ਚ ਆਪਾਂ ਜਾੜਦੇ ਹਾਂ ਉਹ ਆਪਾਂ ਪੈਸਿਆਂ ਨਾਲ ਆਪਣਾ ਕੰਮ ਖੋਲ੍ਹ ਲਈਏ ਕੋਈ। ਤਾਂ ਮੈਂ ਨਾ ਵੀ ਕੰਮ ਜਿਹੜਾ ਚੱਲਦਾ ਉਹਨੂੰ ਚਲਾਈ ਜਾਓ, ਲੱਤਾਂ ਖਿੱਚਣੀਆਂ ਬੜੀਆਂ ਸੌਖੀਆਂ, ਕੰਮ ਚਲਾਉਣਾ ਬਹੁਤ ਔਖਾ ਹੈ, ਤਾਂ ਕਰਕੇ ਵੀ ਮੇਰਾ ਇਹ ਗੱਲ ਕਹਿਣ ਦਾ ਮਤਲਬ ਜਿੱਦਾਂ ਸਾਡਾ ਇਹ ਕੰਮ ਚੱਲਣ ਦਾ ਅਸੀਂ ਨਾਲ ਲਾ ਕੇ ਚਲਾਈ ਜਾਂਦੇ ਹਾਂ। ਠੀਕ ਆ, ਅਤੇ ਬਾਕੀ ਕਹਿੰਦੇ ਲੇਬਰ ਕਿੰਨੀ ਰੱਖੀ ਤੁਸੀਂ, ਲੇਬਰ ਸਾਡੇ ਤੋਂ ਤਿੰਨ ਜਾਣੇ ਆ, ਬਾਕੀ ਅਸੀਂ ਸਾਰਾ ਕੰਮ ਆਪ ਹੀ ਕਰੀਦਾ ਆ, ਖੇਤੀਬਾੜੀ ਵੀ ਹੈ ਨਾ ਤੁਹਾਨੂੰ ਪਤਾ ਪੈਲੀ ਬੰਨਾ ਵਾਹੁਣਾ ਵਾਹੁਣਾ ਪੈਂਦਾ, ਤਾਂ ਕਰਕੇ ਤਿੰਨ ਜਾਣੇ ਅਸੀਂ ਫਾਰਮ 'ਤੇ ਰੱਖੇ, ਬਾਕੀ ਚਵਾਈ ਪੱਠੇ ਪੁੱਠੇ ਅਸੀਂ ਆਪ ਪਾਉਣੇ, ਗੋਹਾ ਵੀ ਆਪ ਚੁਕਾਉਣਾ ਨਾਲ ਲੱਗ ਕੇ, ਇਹ ਨਹੀਂ ਵੀ ਬੰਦੇ ਰੱਖੇ ਅਤੇ ਆਪ ਚਿੱਟੇ ਪਾ ਕੇ ਤੁਰੇ ਫਿਰੋ। ਤੁਸੀਂ ਵੇਖਦੇ ਹੀ ਹੋ ਵਲੋਗਾਂ 'ਚ ਕਿੰਨੇ ਕੁ ਆਪਾਂ ਚਿੱਟੇ ਪਾ ਕੇ ਤੁਰੇ ਫਿਰਦੇ। ਕੀ ਸਲਾਵਾਂ ਹੁੰਦੀਆਂ, ਸਲਾਵਾਂ ਹੁੰਦੀਆਂ ਮਟਰਾਂ ਦੀਆਂ, ਮੈਂ ਜਿੱਦਾਂ ਅੱਗੇ ਗੱਲ ਕੀਤੀ ਜਿਹੜਾ ਵੇਸਟ ਪਾਣੀ ਆ ਵੇਖੋ, ਆਹ ਟੋਏ ਭਰ ਗਿਆ ਟੋਆ, ਉਹਦਾ ਸਬਜ਼ੀ ਸਬਜ਼ੀ ਨਾਲ ਹੀ ਪਾਈ ਜਾਈਦਾ ਥੋੜ੍ਹਾ ਬਹੁਤਾ, ਅਤੇ ਬਾਕੀ ਪੈਲੀਆਂ 'ਚ ਮਟਰਾਂ ਮੁਟਰਾਂ 'ਚ ਵੇਸਟ ਪਾਣੀ ਸਾਂਭਣਾ ਬੜਾ ਔਖਾ। ਹੁਣ ਆਹ ਟੋਏ ਸਾਰਾ ਇਕੱਠਾ ਹੋ ਗਿਆ ਜਿੱਦਾਂ, ਅਤੇ ਸਾਰਾ ਪੈਲੀਆਂ 'ਚ ਪਾ ਦੇਣਾ, ਅਤੇ ਹੁਣ ਤਾਂ ਚਲੋ ਪੈਲੀਆਂ 'ਚ ਪਾ ਦੇਣਾ ਵੀ ਚਲੋ ਮਟਰ ਭਰਨ ਭਰਨ ਵਾਲੇ, ਅਤੇ ਮੁੜ ਕੇ ਉੱਦਾਂ ਜਦੋਂ ਤੋੜਨੇ ਹੁੰਦੇ ਉਦੋਂ ਇਹ 'ਚ ਜਮ੍ਹਾਂ ਕਰ ਲਈਦਾ, ਮੁੜ ਕੇ ਮਕਈ ਮਕਈ ਬੀਜ ਕੇ ਫਿਰ ਉਹ 'ਚ ਪਾ ਦੇਈਦਾ। ਨੈਸਲੇ ਦਾ ਆਇਆ ਟੈਂਕਰ ਦੁੱਧ ਲੈਣ, ਹੁਣ
ਉਹ ਪੈਕੋ ਚ ਪਾਇਆ ਦੁੱਧ ਧੋਣੇ ਨੇ ਲੈ ਜਾਣਾ ਆਪਣੇ ਘਰੇ ਆਉਂਦੀ ਗੱਡੀ ਆਹ ਪੈਕੋ ਚੋਂ ਲੱਗੇ ਦੁੱਧ ਖੜਨ ਗੱਡੀ ਭਰਿਆ ਆਹ ਵੀ ਸੈਂਪਲ ਲੱਗਾ ਕੱਢਣ ਸੈਂਪਲ ਕੱਢ ਕੇ ਫਿਰ ਸਾਰਾ ਕੁਛ ਚੈੱਕ ਕਰਕੇ ਵਾੜਦੇ ਹਾਂ ਗਾਂ ਅੰਦਰ ਡੈ ਪਈਆਂ ਖਾਣ ਪੱਠੇ ਐਂ ਵੇਖੋ ਚੰਗੀ ਤਰ੍ਹਾਂ ਰਲਾਏ ਰਲਾਏ ਅਤੇ ਐਂ ਡੈ ਪਈਆਂ ਖਾਣ ਬਾਕੀ ਆ ਜਾਓ ਤੁਹਾਨੂੰ ਮਿਲਦੇ ਗਾੜੀ ਵੱਛੀਆਂ 'ਚ ਸਾਰੀਆਂ ਖਾਂਦੀਆਂ ਅਰਮਾਨ ਨਾਲ ਮਗਰ ਸਫਾਈ ਹੋਈ ਭੜਾ ਭੜਾ ਮੱਝਾਂ ਇੱਦਾਂ ਦੀ ਚੀਜ਼ ਕੋਈ ਤਿਆਰ ਕਰੋ ਆ ਬੱਚੇ ਜਦੋਂ ਮੈਂ ਇਹਨਾਂ ਨਾਲ ਵੀ ਟਾਈਲਾਂ ਲਾਈਆਂ ਬਾਕੀ ਆ ਜਾਓ ਗਾੜੀ ਤੁਹਾਨੂੰ ਮਿਲਦੇ ਹਾਂ ਵੱਛੀਆਂ 'ਚ ਪੂਰਾ ਕੰਮ ਛਿੱਕੇ ਬੰਦ ਹੋਇਆ ਬਾਕੀ ਜੇ ਵਲੋਗ ਵਧੀਆ ਲੱਗਦਾ ਤਾਂ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਵੀ ਨਾਲੇ ਆਪਾਂ ਨੂੰ ਵੀ ਥੋੜ੍ਹਾ ਜਿਹਾ ਹੋ ਜਾਂਦਾ ਟੋਪਿਕ ਮਿਲ ਜਾਂਦਾ ਆ ਵੀ ਹਾਂ ਵੀ ਵੀਰਾਂ ਦੀ ਆਹ ਡਿਮਾਂਡ ਆ ਆਹ ਚੀਜ਼ 'ਤੇ ਚਾਹੀਦਾ ਆ ਤਾਂ ਕਰਕੇ ਮੈਂ ਨਾ ਵੀ ਕਮੈਂਟ ਜ਼ਰੂਰ ਕਰਿਆ ਕਰੋ ਭਾਵੇਂ ਜਿੱਦਾਂ ਮਰਜ਼ੀ ਚੰਗਾ ਲੱਗਾ ਜਾਂ ਨਹੀਂ ਲੱਗਾ ਤਾਂ ਵੀ ਦੱਸਦਾ ਬਾਕੀ ਆ ਜਾਓ ਮਿਲਦੇ ਆ ਬੈਠੀਆਂ ਵੱਛੀਆਂ ਥੋੜ੍ਹੀ ਜਿਹੀ ਪਰਾਲੀ ਹੁਣ ਗਿੱਲੀ ਹੋ ਗਈ ਭਲਕੇ ਪਰਾਲੀ ਕੱਢ ਕੇ ਨਾ ਇਹ ਵੀ ਨਵੀਂ ਪਾਉਣੇ ਹੁਣ ਇਹਦੇ ਥੱਲੇ ਵੀ ਕੀੜੇ ਕਾਡੇ ਸੰਡੇ ਸੰਡੇ ਪੈ ਪੂ ਜਾਂਦੇ ਕਈ ਕਰਦੇ ਆ ਵੀ ਜਿੱਦਾਂ ਫਾਰਮ ਆ ਗਾਵਾਂ ਦਾ ਇਹਦੇ ਵਿੱਚ ਹੀ ਮੁਰਗੀਆਂ ਰੱਖੀਆਂ ਹੁੰਦੀਆਂ ਗਲਤ ਗੱਲ ਆ ਕਿਉਂਕਿ ਮੁਰਗੀਆਂ ਤੁਹਾਨੂੰ ਪਤਾ ਵੇਸਟ ਕਰਤੀ ਜਾਂ ਕੁਛ ਵੀ ਕਰਤਾ ਅਤੇ ਉਹ ਫਿਰ ਸਿੱਧਾ ਗਾਂ ਦੇ ਪੈਣਾ ਵੀ ਇਹਨੇ ਫਾਲੀ ਸੁੱਟ ਦੇਣਾ ਕਿਉਂਕਿ ਵੇਟ ਤੁਹਾਨੂੰ ਪਤਾ ਗਰਮ ਬੜੀ ਹੁੰਦੀ ਬਾਕੀ ਇੱਕ ਕੰਮ ਨਾ ਜ਼ਰੂਰ ਕਰਿਆ ਕਰੋ ਜਿੱਥੋਂ ਫਾਰਮ ਆ ਮੱਝਾਂ ਦਾ ਜਾਂ ਗਾਵਾਂ ਦਾ ਆਪਣੇ ਫਾਰਮ 'ਚ ਕੋਈ ਗੈਰ ਬੰਦਾ ਨਾ ਅੰਦਰ ਵਾੜਿਆ ਕਰੋ ਕੋਈ ਵਪਾਰੀ ਉਹਨੂੰ ਬਾਹਰ ਕੱਢ ਕੇ ਵਿਖਾਤੀ ਗਾਂ ਜੀ ਵੇਚਣੀ ਆ ਕਿਉਂਕਿ ਤੁਹਾਨੂੰ ਪਤਾ ਬਿਮਾਰੀ ਉਹ ਹੋਰ ਕਿਸੇ ਫਾਰਮ 'ਚ ਜਾਂ ਹੋਰ ਕਿਤੇ ਆਏ ਹੁੰਦੇ ਆ ਅਤੇ ਉਹ ਪੈਰਾਂ ਨਾਲ ਬਿਮਾਰੀ ਫਿਰ ਆਪਣੇ ਫਾਰਮ 'ਚ ਵੀ ਆ ਸਕਦੀ ਤਾਂ ਕਰਕੇ ਇਹ ਚੀਜ਼ਾਂ ਦਾ ਨਾ ਥੋੜ੍ਹਾ ਜਿਹਾ ਪਰਹੇਜ਼ ਕਰਿਆ ਕਰੋ ਇੱਥੇ ਵੀਰ ਆਉਂਦੇ ਆ ਮੇਰੇ ਤੋਂ ਮੈਨੂੰ ਵੀ ਆਖਣਗੇ ਵੀ ਗਾਂ ਜਾ ਕੇ ਵਿਖਾ ਮੈਂ ਤਾਂ ਕਰਕੇ ਕਹਿੰਦਾ ਵੀ ਯਾਰ ਤੁਹਾਡੇ ਵੇਖਣ ਨਾਲ ਬਿਮਾਰੀ ਆ ਗਈ ਨਾ ਇੱਕ ਪੈਸੇ ਲੰਘਦੇ ਇੱਕ ਦੁੱਧ ਘੱਟਦਾ ਇੱਕ ਸੌ ਪਰੇਸ਼ਾਨੀਆਂ ਤਾਂ ਕਰਕੇ ਚੀਜ਼ਾਂ ਦਾ ਨਾ ਥੋੜ੍ਹਾ ਜਿਹਾ ਤੁਸੀਂ ਵੀ ਧਿਆਨ ਰੱਖਿਆ ਕਰੋ ਚਲੋ ਅੱਜ ਲਈ ਇੰਨਾ ਹੀ ਅੱਜ ਕਰਦੇ ਹਾਂ ਆਪਾਂ ਵਲੋਗ ਦੀ ਸਮਾਪਤੀ ਤੁਹਾਨੂੰ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਚੈਨਲ ਸਬਸਕ੍ਰਾਈਬ ਅਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਕਿੱਦਾਂ ਦਾ ਟੋਪਿਕ ਚਾਹੀਦਾ ਕਿੱਦਾਂ ਦੀ ਵਲੋਗ ਚਾਹੀਦਾ ਠੀਕ ਹੈ ਕਿ ਮਿਲਦੇ ਹਾਂ ਤੁਹਾਨੂੰ ਅਗਲੇ ਵਲੋਗ 'ਚ